بولے سونے حال ساس بھی اکال ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਦੋਸਤ ਅਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਤੁਹਾਡੇ ਆਪਣੇ ਸ਼ੋਅ ਟਾਲ ਮਟੋਲ ਦੇ ਵਿੱਚ, ਜਿਹਦੇ ਵਿੱਚ ਅਸੀਂ ਤੁਹਾਨੂੰ ਅਜੀਬ ਅਜੀਬ ਹਸਤੀਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ। ਸੋ ਅੱਜ ਵੀ ਅਸੀਂ ਜਿਸ ਅਜੀਬ ਹਸਤੀ ਦੇ ਨਾਲ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ, ਉਹਨਾਂ ਨੂੰ ਹੰਸ ਨਰਾਜ ਹੰਸ ਜਾਂ ਹੰਸ ਜਾਜ ਹੰਸ ਕਰਕੇ ਵੀ ਜਾਣਿਆ ਜਾਂਦਾ। ਆਓ ਤੁਹਾਡੀ ਮੁਲਾਕਾਤ ਕਰਾਈਏ ਹੰਸ ਨਰਾਜ ਹੰਸ। ਜੋ ਗਿੱਲੇ ਗਿੱਲੇ ਆਉਂਦੇ ਹਵਾ ਕਿਤੇ ਕੋਈ ਰੋਂਦਾ ਹੋਵੇਗਾ। ਸਰ ਜੀ, ਗਾਣਾ ਕਿਉਂ ਗਾ ਰਹੇ ਹੋ ਤੁਸੀਂ? ਦੇਖੋ ਬਈ ਪੁੱਤ, ਮੇਰਾ ਗਾਣਾ ਮੈਂ ਕਿਉਂ ਨਹੀਂ ਗਾ ਸਕਦਾ ਆ? ਗਾ ਸਕਦੇ ਹੋ ਸਰ, ਵੈਸੇ ਵੀ ਜਿੱਦਾਂ ਦੇ ਤੁਹਾਡੇ ਪਾਰਟੀਆਂ ਦੇ ਵਿੱਚ ਹਾਲਾਤ ਨੇ, ਤੁਹਾਡਾ ਗਾਣਾ ਗਾਣਾ ਹੀ ਬਣਦਾ ਹੈ। ਦੇਖੋ ਪੁੱਤ, ਮੈਂ ਤੁਹਾਡੇ ਕੋਲ ਇੰਟਰਵਿਊ ਦੇਣ ਆਇਆ, ਮੇਰੀ ਬੇਇੱਜ਼ਤੀ ਨਹੀਂ ਕਰਨੀ, ਨਹੀਂ ਤਾਂ ਕੋਈ ਬੇਸੁਰਿਆ ਸੁਰ ਮਾਰ ਕੇ ਬੇਹੋਸ਼ ਕਰ ਦੂੰ। ਸੋਰੀ ਸਰ, ਸੋਰੀ, ਆ ਜਾਓ ਬੈਠੋ। ਚੰਗਾ ਬਈ, ਬਹਿ ਜਾਂਦੇ ਆ। ਸਰ ਥੱਲੇ ਕਿੱਥੇ ਬੈਠ ਰਹੇ ਹੋ ਤੁਸੀਂ? ਉੱਪਰ ਬੈਠੋ, ਕੁਰਸੀ ਤੇ ਬੈਠੋ। ਇਹ ਉੱਪਰ ਤਾਂ ਨਹੀਂ ਬੈਠਦੇ ਕਿਉਂਕਿ ਕੋਈ ਪਤਾ ਨਹੀਂ ਕਦੋਂ ਪਾਰਟੀ ਵਾਲਾ ਕੋਈ ਥੱਲੇ ਕੁਰਸੀ ਖਿੱਚ ਲਈ। ਨਹੀਂ ਸਰ, ਬੈਠੋ, ਤੁਹਾਡਾ ਕੁਰਸੀਆਂ ਤੇ ਬੈਠੋ, ਅਸੀਂ ਤੁਹਾਡਾ ਆਪਣੇ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਆ। ਦੇਖੋ ਬਈ, ਸਵਾਗਤ ਬਿਲਕੁਲ ਗਲਤ ਗੱਲ ਆ। ਮੈਂ ਤੁਹਾਡੀ ਪਾਰਟੀ ਨਹੀਂ ਜੁਆਇਨ ਕੀਤੀ, ਤੁਸੀਂ ਮੈਨੂੰ ਸਵਾਗਤ ਕਰ ਰਹੇ ਹੋ। ਅੱਜ ਮੈਂ ਪਹਿਲੀ ਪਾਰਟੀ ਨਹੀਂ ਛੱਡੀ, ਮੈਂ ਜਾਣਾ ਇੱਥੋਂ। ਸਰ, ਮੇਰੇ ਕਹਿਣ ਦਾ ਮਤਲਬ ਹੈ ਅਸੀਂ ਤੁਹਾਡਾ ਆਪਣੇ ਸਟੂਡੀਓ ਦੇ ਵਿੱਚ ਸਵਾਗਤ ਕਰ ਰਹੇ ਹਾਂ। ਅੱਛਾ ਅੱਛਾ, ਦਰਅਸਲ ਪੁੱਤ, ਮੇਰੇ ਨਾਲ ਜਿੰਨੀਆਂ ਮੈਂ ਪਾਰਟੀਆਂ ਬਦਲ ਚੁੱਕੀਆਂ, ਅੱਜ ਕੱਲ੍ਹ ਇੰਝ ਹੀ ਲੱਗਦਾ ਜਿਵੇਂ ਕੋਈ ਹਰ ਵੇਲੇ ਨਵੀਂ ਪਾਰਟੀ ਜੁਆਇਨ ਕਰ ਲਈ ਹੋਵੇ। ਠੀਕ ਹੈ ਬਈ, ਸਵਾਗਤ ਕਰ ਦਿਓ। ਧੰਨਵਾਦ, ਧੰਨਵਾਦ। ਸਰ, ਤੁਹਾਡਾ ਸਟਾਈਲ, ਤੁਹਾਡੀ ਆਵਾਜ਼ ਬਦਲੀ ਹੋਈ ਕਿਉਂ ਹੈ? ਦੇਖੋ ਪੁੱਤ, ਮੈਂ ਤਾਂ ਪਾਰਟੀਆਂ ਮਿੰਟੋ ਮਿੰਟ ਬਦਲ ਲੈਂਦਾ ਤਾਂ ਫਿਰ ਸਟਾਈਲ ਤੇ ਆਵਾਜ਼ ਆਏ, ਬਦਲਣ 'ਚ ਕੀ ਇਤਰਾਜ਼ ਹੈ? ਸਹੀ ਕਹਿ ਰਹੇ ਹੋ ਤੁਸੀਂ ਸਰ। ਸਰ, ਮੈਂ ਫਿਰ ਆਪਾਂ ਸ਼ੁਰੂ ਕਰੀਏ? ਹਾਂਜੀ ਹਾਂਜੀ, ਬਿਲਕੁਲ ਪੁੱਤ, ਤੀਜਾ ਕਾਲਾ ਰੱਖ ਲਓ। ਹਾਂਜੀ ਪੁੱਤ, ਕਹਿਣ ਦਾ ਮਤਲਬ ਹੈ ਆਪਾਂ ਇੰਟਰਵਿਊ ਸ਼ੁਰੂ ਕਰੀਏ। ਬਿਲਕੁਲ, ਅੱਛਾ ਅੱਛਾ, ਇੰਟਰਵਿਊ ਦੀ ਗੱਲ ਕਰ ਰਹੇ ਹੋ, ਮੈਨੂੰ ਇੱਦਾਂ ਲੱਗਾ ਵੀ ਕਿਤੇ ਕੋਈ ਪ੍ਰੋਗਰਾਮ ਸ਼ੁਰੂ ਕਰਨ ਦੀ ਗੱਲ ਕਰ ਰਹੇ। ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਕਰੀਏ ਜੀ, ਜ਼ਰੂਰ ਸਟਾਰਟ ਕਰਨਾ ਚਾਹੀਦੀ। ਪੁੱਛੋ, ਕੀ ਪੁੱਛਣਾ ਆ? ਲਓ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡਾ ਆਪਣੇ ਸਟੂਡੀਓ ਵਿੱਚ ਸਵਾਗਤ ਕਰਦੇ ਹਾਂ। ਜੀ ਜੀ ਜੀ, ਸਭ ਤੋਂ ਪਹਿਲਾਂ ਸਵਾਲ ਮੇਰਾ ਇਹ ਹੈ, ਦੇਖੋ ਪੁੱਤ, ਤੁਸੀਂ ਇਦੋਂ ਪਹਿਲਾਂ ਕਿ ਕੋਈ ਸਵਾਲ ਪੁੱਛੋ, ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਕਰ ਲਾਂ, ਕਿਉਂਕਿ ਮੇਰਾ ਤਾਂ ਕਦੀ ਕਿਸੇ ਪਾਰਟੀ ਵਾਲੇ ਨੇ ਸਵਾਗਤ ਨਹੀਂ ਕੀਤਾ, ਪਰ ਮੇਰਾ ਫਰਜ਼ ਬਣਦਾ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਕਰਾਂ। ਸੋ ਨਮਸਤੇ, ਸਤਿ ਸ਼੍ਰੀ ਅਕਾਲ, ਅਦਾਬ ਮੇਰੇ ਮੋਜ਼ੀਨ, ਮੇਰੇ ਅਦਾਬ ਸਾਰੇ ਪਿਆਰੇ ਪਿਆਰੇ ਸਰੋਤਿਆਂ ਨੂੰ, ਹੰਸ ਨਰਾਜ ਹੰਸ ਨੂੰ, ਹੰਸ ਜਹਾਜ ਹੰਸ ਵੱਲੋਂ ਸਤਿ ਸ਼੍ਰੀ ਅਕਾਲ ਹੈ, ਸ਼ਬਾ ਖੈਰ ਆ। ਅੱਗੇ ਵੀ ਕੁਛ ਆਪਾਂ ਕਹਿੰਦੇ ਹੁੰਦੇ, ਸਭਾ ਖੈਰ। ਹਾਂਜੀ ਪੁੱਤ, ਪੁੱਛੋ, ਕੀ ਪੁੱਛਦੇ ਹੋ? ਸਰ, ਸਭ ਤੋਂ ਪਹਿਲਾਂ ਮੇਰਾ ਇਹ ਸਵਾਲ ਹੈ। ਜੀ ਜੀ ਪੁੱਤ, ਪੁੱਛੋ। ਤੁਹਾਨੂੰ ਹੰਸ ਨਰਾਜ ਹੰਸ ਜੀ ਕਿਉਂ ਕਹਿੰਦੇ ਨੇ? ਦੇਖੋ ਪੁੱਤ, ਹੰਸ ਨਰਾਜ ਹੰਸ ਮੈਨੂੰ ਤਾਂ ਕਹਿੰਦੇ ਆ ਕਿਉਂਕਿ ਮੈਂ ਜ਼ਿਆਦਾਤਰ ਪਾਰਟੀਆਂ ਨਾਲ ਰੁੱਸਿਆ ਹੀ ਰਹਿੰਦਾ। ਸਰ, ਦੂਸਰਾ, ਇੱਕ ਤੁਹਾਨੂੰ ਹੰਸ ਜਹਾਜ਼ ਹੰਸ ਕਰਕੇ ਵੀ ਜਾਣਿਆ ਜਾਂਦਾ? ਬਿਲਕੁਲ ਪੁੱਤ ਜੀ, ਮੈਨੂੰ ਹੰਸ ਜਹਾਜ਼ ਹੰਸ ਕਰਕੇ ਵੀ ਜਾਣਿਆ ਜਾਂਦਾ ਕਿਉਂਕਿ ਮੈਂ ਕਿਸੇ ਟਾਈਮ ਵੀ ਉਡਾਰੀ ਮਾਰ ਕੇ ਦੂਜੀ ਪਾਰਟੀ ਦੇ ਵਿੱਚ ਜਾ ਸਕਦਾ ਹਾਂ। ਅੱਗੇ ਪੁੱਛੋ ਜੀ, ਕੀ ਪੁੱਛਦੇ ਹੋ ਤੁਸੀਂ ਸਾਡੇ ਕੋਲ? ਸਰ, ਸਵਾਲ ਤੁਹਾਡੇ ਕੋਲ ਇਹ ਹੈ ਵੀ ਤੁਸੀਂ ਆਪਣੀ ਪਹਿਲੀ ਪਾਰਟੀ ਕਿਉਂ ਛੱਡੀ? ਦੇਖੋ ਪੁੱਤ, ਜਦ ਮੈਨੂੰ ਪਹਿਲੀ ਪਾਰਟੀ ਵਾਲਾ ਟਿਕਟ ਦਿੱਤੀ, ਕਹਿੰਦੇ ਹੰਸ ਆ ਜਾ, ਆਪਾਂ ਵੀ ਉਡਾਰੀ ਮਾਰੀ ਪਹੁੰਚ ਗਏ ਉਹਨਾਂ ਕੋਲ, ਮੈਨੂੰ ਉਹਨਾਂ ਨੇ ਬੜੀ ਵੱਡੀ ਟਿਕਟ ਦਿੱਤੀ। ਦੇਖੋ ਪੁੱਤ, ਪਹਿਲੀ ਪਾਰਟੀ ਵਾਲਿਆਂ ਜਦ ਮੈਨੂੰ ਕਿਹਾ ਹੰਸ ਆ ਜਾ, ਆਪਾਂ ਵੀ ਖੁਸ਼ ਹੋ ਗਏ, ਆਪਾਂ ਪਹੁੰਚ ਗਏ, ਉਹਨਾਂ ਮੈਨੂੰ ਟਿਕਟ ਦਿੱਤੀ। ਇਲੈਕਸ਼ਨਾਂ ਦੇ ਦਿਨ ਸੀ, ਇਲੈਕਸ਼ਨਾਂ ਦੇ ਦਿਨ ਸੀ, ਉੱਤੋਂ ਕਣਕ ਦਾ ਸੀਜ਼ਨ ਸੀ, ਤੂੜੀਆਂ ਨਿਕਲ ਰਹੀਆਂ ਸੀ, ਕਣਕਾਂ ਨਿਕਲ ਰਹੀਆਂ ਸੀ। ਸੋ ਮੈਂ ਖੇਤਾਂ ਦੇ ਵਿੱਚ ਜਾ ਕੇ ਲੋਕਾਂ ਕੋਲੋਂ ਵੋਟਾਂ ਮੰਗੀਆਂ, ਤੂੜੀ ਦੀਆਂ ਪੁੰਡਾਂ ਚੁਕਾਈਆਂ। ਨਹੀਂ ਯਕੀਨ ਆਉਂਦਾ, ਤੁਸੀਂ ਵੀਡੀਓ ਦੇਖ ਸਕਦੇ ਹੋ ਮੇਰੀ ਪੁਰਾਣੀ ਕੱਢ ਕੇ, ਤੂੜੀ ਦੀਆਂ ਪੁੰਡਾਂ ਚੁਕਾਈਆਂ। ਸੋ ਵੋਟਾਂ ਤਾਂ ਨਹੀਂ ਪਈਆਂ, ਪਰ ਮੇਰੇ ਕੰਡ ਬਹੁਤ ਪੈ ਗਈ ਉਦੋਂ ਬਾਅਦ। ਸੋ ਮੈਂ ਜਿੱਤਿਆ ਤਾਂ ਨਹੀਂ, ਪਰ ਮੇਰੀ ਪਾਰਟੀ ਵਾਲਿਆਂ ਮੈਨੂੰ ਕਿਹਾ ਹੰਸ ਨਾਰਾਜ਼ ਨਹੀਂ ਹੋਣਾ, ਉਦਾਸ ਨਹੀਂ ਹੋਣਾ, ਅਸੀਂ ਤੈਨੂੰ ਖੁਸ਼ ਕਰ ਦਿਆਂਗੇ। ਮੈਂ ਸੋਚਿਆ ਕਿਤੇ ਮੈਨੂੰ ਕੋਈ ਚੇਅਰਮੈਨੀ ਵਗੈਰਾ ਦੇਣਗੇ, ਮੈਨੂੰ ਖੁਸ਼ ਕਰਨਗੇ। ਮੈਂ ਕਿਹਾ ਚਲੋ ਠੀਕ ਹੈ, ਕਰ ਦੇਣਗੇ ਖੁਸ਼। ਮਤਲਬ ਫਿਰ ਤੁਹਾਨੂੰ ਮਿਲੀ ਚੇਅਰਮੈਨੀ? ਕੀ ਹੋਏ ਖੁਸ਼ ਤੁਸੀਂ? ਹਾਂ ਬਈ, ਚੇਅਰਮੈਨੀ ਤਾਂ ਨਹੀਂ ਮਿਲੀ, ਖੁਸ਼ ਜ਼ਰੂਰ ਹੋਇਆ। ਪੁੱਛੋਗੇ ਉਹ ਕਿੱਦਾਂ? ਉਹਨਾਂ ਚੇਅਰਮੈਨੀ ਤਾਂ ਨਹੀਂ ਦਿੱਤੀ, ਬਹੁਤ ਇੱਕ ਚੁਟਕਲੇ ਸੁਣਾਉਣ ਵਾਲਾ ਬੰਦਾ ਦੇਤਾ, ਜਿਹੜਾ ਮੈਨੂੰ ਚੁਟਕਲੇ ਸੁਣਾਈ ਜਾਂਦਾ ਸੀ ਅਤੇ ਮੈਨੂੰ ਹਸਾਈ ਜਾਂਦਾ ਸੀ। ਹੁਣ ਤੁਸੀਂ ਦੱਸੋ ਇਹਦੇ ਵਿੱਚ ਮੇਰਾ ਕੀ ਕਸੂਰ? ਮਤਲਬ ਇਹੀ ਕਾਰਨ ਹੈ ਤੁਹਾਡਾ ਪਾਰਟੀ ਛੱਡਣ ਦਾ? ਨਹੀਂ ਨਹੀਂ, ਇਹ ਪਾਰਟੀ ਛੱਡਣ ਦਾ ਕਾਰਨ ਨਹੀਂ ਹੈ।
ਦਰਅਸਲ ਪੁੱਤ ਪਾਰਟੀ ਛੱਡਣ ਦਾ ਕਾਰਨ ਇਹੀ ਇਹ ਤਾਂ ਹੋ ਗਈ ਸਰ ਤੁਹਾਡੀ ਪਹਿਲੀ ਪਾਰਟੀ ਦੀ ਗੱਲ ਜੀ ਜੀ ਪੁੱਤ ਦੂਸਰੀ ਪਾਰਟੀ ਨੂੰ ਤੁਸੀਂ ਆਪ ਜਵਾਨ ਕੀਤਾ ਉਹਨੂੰ ਛੱਡਣ ਦਾ ਕੀ ਕਾਰਨ ਸੀ ਦੇਖੋ ਪੁੱਤ ਜਦ ਮੈਂ ਦੂਜੀ ਪਾਰਟੀ ਜੁਆਇਨ ਕੀਤੀ ਮੈਨੂੰ ਕਿਸੇ ਨੇ ਕਿਹਾ ਤਾਂ ਭਾਈ ਤੂੰ ਇਹ ਪਾਰਟੀ ਜੁਆਇਨ ਤਾਂ ਕਰ ਲਈ ਆ ਪਰ ਇਹਨਾਂ ਦਾ ਗੱਠਜੋੜ ਆ ਦੋਵਾਂ ਦਾ ਮੈਂ ਇਹਨੂੰ ਯਕੀਨ ਨਹੀਂ ਆਇਆ ਪਰ ਜਿਸ ਨੇ ਮੈਂ ਪਾਰਟੀ ਜੁਆਇਨ ਕੀਤੀ ਤਾਂ ਸੱਚੀ ਪਤਾ ਲੱਗਾ ਕਿ ਭਾਈ ਇਹਨਾਂ ਦਾ ਤਾਂ ਵਾਕਈ ਗੱਠਜੋੜ ਆ ਫਿਰ ਮੈਂ ਸੋਚਿਆ ਮੈਂ ਕਿਹਾ ਭਾਈ ਹੰਸ ਕੋਈ ਗੱਲ ਨਹੀਂ ਦੋ ਚਾਰ ਮਹੀਨੇ ਦੇਖ ਲਾ ਥੋੜ੍ਹੇ ਦਿਨ ਕੋਈ ਮੰਤਰੀ ਪੂਨਾ ਹੀ ਦੇ ਦੇਣਾ ਕੋਈ ਚੇਅਰਮੈਨ ਹੀ ਇੱਥੋਂ ਹੀ ਦੇ ਦੇਣਾ ਬਸ ਉਹਨਾਂ ਨੇ ਦੇ ਦਿੱਤਾ ਫਿਰ ਸਰ ਫਿਰ ਦਿੱਤਾ ਮੰਤਰੀ ਪੂਨਾ ਨਹੀਂ ਪੁੱਤ ਮੰਤਰੀ ਪੂਨਾ ਤਾਂ ਨਹੀਂ ਦਿੱਤਾ ਉਹਨਾਂ ਨੇ ਵੀ ਮੈਨੂੰ ਜਵਾਬ ਦਿੱਤਾ ਹੰਸ ਜੀ ਜਾਓ ਫਿਰ ਮੈਂ ਕਿਹਾ ਐਡੀ ਕੁੱਤੇ ਖਾਣੀ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਆਪਾਂ ਉਹ ਵੀ ਪਾਰਟੀ ਦਿੱਤੀ ਸੱਡ ਅਤੇ ਹੋ ਗਏ ਉਹਨਾਂ ਤੋਂ ਅੱਡ ਹੋ ਗਏ ਉਹਨਾਂ ਤੋਂ ਅੱਡ ਪ੍ਰੋਗਰਾਮ ਤੇ ਵੀ ਜਾਣਾ ਹੈ ਸਰ ਜਦੋਂ ਤੁਸੀਂ ਤੀਜੀ ਪਾਰਟੀ ਜੁਆਇਨ ਕੀਤੀ ਜੀ 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 ਤੁਹਾਨੂੰ ਉਹਦੇ ਤੋਂ ਕੀ ਉਮੀਦਾਂ ਨੇ ਤੁਸੀਂ ਕੋਈ ਸ਼ਰਤ ਰੱਖੀ ਆਪਣੀ ਉਹਨਾਂ ਤੋਂ ਜੀ 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 ਬਿਲਕੁਲ ਬਿਲਕੁਲ ਪੁੱਤ ਬੜਾ ਵਧੀਆ ਸਵਾਲ ਕੀਤਾ ਤੂੰ ਤੀਜੀ ਪਾਰਟੀ ਜਵਾਨ ਕਰਨ ਲੱਗਿਆ ਮੈਂ ਇਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਚੱਕ ਲਓ ਵੀ ਕੱਲੀ ਐਂਟਰੀ ਨਹੀਂ ਹੋ ਸੀਟ ਵੀ ਮੈਂ ਮੰਗਦਾ ਜਿੱਤਾਂ ਚਾਹੇ ਹਾਰਾ ਲਾਉਂਗਾ ਆਉਂਦਾ ਮੈਂ ਤਾਂ ਟੰਗਦਾ ਜਿੱਤਾਂ ਚਾਹੇ ਹਾਰਾ ਲਾਉਂਗਾ ਆਉਂਦਾ ਮੈਂ ਤਾਂ ਟੰਗਦਾ ਸੋ ਬਹੁਤ ਰੱਬ ਵਰਗੇ ਸਰੋਤਿਆਂ ਨੇ ਮੈਨੂੰ ਮਾਣ ਬਖਸ਼ਿਆ ਬਹੁਤ ਪਿਆਰ ਦਿੱਤਾ ਸੋ ਅਗਲੀ ਫਰਮਾਇਸ਼ ਲਿਆ ਕਿ ਮੈਂ ਤੁਹਾਡੇ ਵਿੱਚ ਹਾਜ਼ਰ ਹੋਇਆ ਪੁੱਤ ਫਿਰ ਐਤਕੀ ਤੀਜਾ ਕਾਲਾ ਹੀ ਰੱਖ ਲਾ ਸਰ ਇੱਕ ਮਿੰਟ ਇਹ ਇੰਟਰਵਿਊ ਹੈ ਤੁਹਾਡਾ ਕੋਈ ਲਾਈਵ ਪ੍ਰੋਗਰਾਮ ਨਹੀਂ ਚੱਲ ਰਿਹਾ ਦੇਖੋ ਪੁੱਤ ਮੈਨੂੰ ਤਾਂ ਮੇਰਾ ਕਸੂਰ ਨਹੀਂ ਮੈਂ ਤੁਹਾਨੂੰ ਵਾਰ ਵਾਰ ਕਹਿੰਦਾ ਹਾਂ ਇੱਕ ਤਾਂ ਮੇਰਾ ਅੰਦਾਜ਼ ਬਦਲਿਆ ਉੱਤੋਂ ਮੇਰੀ ਆਵਾਜ਼ ਬਦਲੀ ਹੋਈ ਹੈ ਸੋ ਮੇਰੇ ਜਿਹੜੀਆਂ ਆਤਮਾ ਉਹ ਨਹੀਂ ਬਦਲ ਸਕਦੀਆਂ ਜੇ ਮੈਂ ਪ੍ਰੋਗਰਾਮ ਲਾਉਣਾ ਤਾਂ ਮੈਨੂੰ ਇੱਦਾਂ ਲੱਗਦਾ ਮੈਂ ਪ੍ਰੋਗਰਾਮ ਦੇ ਵਿੱਚ ਹੀ ਹਾਂ ਸੋ ਹਾਂਜੀ ਪੁੱਛੋ ਅੱਗੇ ਕੀ ਪੁੱਛਦੇ ਹੋ ਸਰ ਬਾਕੀ ਗੱਲਾਂ ਤਾਂ ਤੁਹਾਡੀਆਂ ਠੀਕ ਨੇ ਜੀ ਜੀ ਤੁਸੀਂ ਗਾਉਂਦੇ ਬਹੁਤ ਸੋਹਣਾ ਹੋ ਦੇਖੋ ਪੁੱਤ ਮੈਂ ਅੱਜ ਤੱਕ ਕਦੇ ਮਾਣ ਨਹੀਂ ਕੀਤਾ ਸਰ ਮਾਣ ਕਿਉਂ ਨਹੀਂ ਕੀਤਾ ਤੁਸੀਂ ਕਿਉਂਕਿ ਪੁੱਤ ਮੈਂ ਖੁਦ ਸਿੰਗਰ ਹਾਂ ਮੈਂ ਮਾਨ ਸਾਹਿਬ ਨੂੰ ਕਿਉਂ ਲੈ ਕੇ ਆਵਾਂ ਮੈਂ ਖੁਦ ਬੜਾ ਸੋਹਣਾ ਗਾ ਲੈਂਦਾ ਹਾਂ ਜੀ 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 ਬਿਲਕੁਲ ਤੁਸੀਂ ਅੱਗੇ ਪੁੱਛੋ ਕੀ ਪੁੱਛਣਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੈਂ ਪ੍ਰੋਗਰਾਮ ਤੇ ਜਾਣਾ ਸਰ ਆਹ ਜਿਹੜੇ ਤੁਹਾਡੇ ਨਾਲ ਤੁਹਾਡੇ ਬੰਦੇ ਨੇ ਜੀ ਜੀ ਪਾਰਟੀ ਦੇ ਵਰਕਰ ਘੱਟ ਤੇ ਸਾਜੀ ਜ਼ਿਆਦਾ ਲੱਗ ਰਹੇ ਨੇ ਦਰਅਸਲ ਪੁੱਤ ਗੱਲ ਇਹ ਆ ਇੱਧਰ ਦਰਅਸਲ ਪਾਰਟੀ ਵਾਲਾ ਬੰਦਾ ਕੋਈ ਮੇਰੇ ਨਾਲ ਨਹੀਂ ਤੁਰਦਾ ਇਹ ਮੇਰੇ ਸਾਜੀ ਹੀ ਆ ਸਾਜੀ ਰੱਖੇ ਹੋਏ ਜੀ 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 ਇਹ ਕਿਉਂ ਦੇਖੋ ਪੁੱਤ ਪਾਰਟੀ ਵਾਲਿਆਂ ਦਾ ਪਤਾ ਨਹੀਂ ਕਿੱਥੇ ਆਪਾਂ ਨੂੰ ਜਵਾਬ ਦੇ ਦੇਣਾ ਸੋ ਫਸਾਜੀ ਨਾਲ ਹੁਣ ਬੰਦਾ ਕਮ ਸੇ ਕਮ ਸਿੱਧਾ ਪ੍ਰੋਗਰਾਮ ਤੇ ਤਾਂ ਜਾ ਹੀ ਸਕਦਾ ਆ ਜੀ 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 ਆਖਰੀ ਸਵਾਲ ਜੀ 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 ਜ਼ਰੂਰ ਜ਼ਰੂਰ ਪੁੱਛੋ ਜਿੰਨੇ ਮਰਜ਼ੀ ਸਵਾਲ ਪੁੱਛੋ ਪੋਲਿਟਿਕਸ ਹੀ ਕਿਉਂ ਜੁਆਇਨ ਕੀਤੀ ਦੇਖੋ ਪੁੱਤ ਬੜਾ ਵਧੀਆ ਸਵਾਲ ਕੀਤਾ ਤੁਸੀਂ ਜਦ ਮੈਂ ਸੋਚਿਆ ਕਿ ਮੇਰੇ ਦੋਨੋਂ ਮੁੰਡੇ ਦੋਵੇਂ ਸਟਾਰ ਬਣ ਚੁੱਕੇ ਆ ਸਿੰਗਰ ਬਣ ਚੁੱਕੇ ਆ ਵਧੀਆ ਐਕਟਰ ਬਣ ਚੁੱਕੇ ਆ ਮੈਂ ਕਿਹਾ ਹੁਣ ਹੰਸ ਤੂੰ ਤਾਂ ਹੋ ਗਿਆ ਬੁੱਢਾ ਅਤੇ ਬੁੱਢੇ ਹੋ ਕੇ ਤਾਂ ਫਿਰ ਇੱਕੋ ਹੀ ਕੰਮ ਕੀਤਾ ਜਾ ਸਕਦਾ ਉਹ ਹੈ ਲੀਡਰੀ ਦਾ ਮਤਲਬ ਕਿ ਲੀਡਰ ਬਣ ਜਾ ਅਤੇ ਆਪਣੀ ਲਾਈਫ ਜਿਹੜੀ ਰਹਿੰਦੀ ਖੁੰਦੀ ਉਹ ਵੀ ਸੈੱਟ ਕਰ ਲਾ ਸੋ ਮੈਂ ਸੋਚਿਆ ਕਿ ਫਿਰ ਹੁਣ ਬੁੱਢੇ ਬਾਰੇ ਇੱਕੋ ਕੰਮ ਹੀ ਹੋਣਾ ਕਿ ਲੀਡਰ ਬਣ ਜਾਈਏ ਸੋ ਆਪਾਂ ਲੀਡਰ ਬਣ ਜਾਈਏ ਦੋਸਤੋ ਇਹ ਸਨ ਹੰਸ ਮਹਾਰਾਜ ਹੰਸ ਜੀ ਅਗਲੇ ਪ੍ਰੋਗਰਾਮ ਵਿੱਚ ਅਸੀਂ ਇੱਕ ਨਵੀਂ ਅਜੀਬ ਸ਼ਖਸੀਅਤ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ Bye.